ਮੈਨੂੰ ਮੇਰੇ ਟੀਚਰ ਮਿਲ ਗਏ ਤੇ ਮੈਂ ਉਹਨਾਂ ਤੋਂ ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ ਅਮਰੀਕਾ ਤੋਂ ਸੀਗੇ ਹੀ ਹੈਲਪ ਮੀ ਅ ਲੋਟ ਫੋਰਨ ਸੀਗੇ ਇੰਡੀਅਨ ਸੀ ਨਹੀਂ ਨਹੀਂ ਫੋਰਨਰ ਹੀ ਸੀਗੇ ਉੱਥੋਂ ਦੇ ਸੀਗੇ ਐਕਚੁਅਲੀ ਹੀ ਵਾਸ ਜਰਮਨ ਸਟੇਇੰਗ ਇਨ ਯੂ ਐਸ ਠੀਕ ਕਰ ਤੇ ਹੀ ਹੈਲਪ ਮੀ ਅ ਲੋਟ ਲੋਟ ਤੋਨੂੰ ਸੀਗਾ ਚਲੋ ਮਹਾਰਾਜ ਜਰਡੀ ਕਾਲਜ ਰੱਖਿਓ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਇੱਕ ਤਰੀਕਾ ਦੱਸਿਆ ਕਿ ਤੂੰ ਇਹ ਤਰੀਕੇ ਨਾਲ ਚੱਲ ਵਟ ਆਈ ਵਾਸ ਡੂਇੰਗ ਜੋ ਬਾਕੀ ਕਰ ਰਹੇ ਬਾਕੀ ਕੈਰੋਪ੍ਰੈਕਟਰ ਕਰ ਰਹੇ ਬਾਕੀ ਕੈਰੋਪ੍ਰੈਕਟਰ ਕਰ ਰਹੇ ਸੀ ਤੁਸੀਂ ਇਦਾਂ ਹਾਂ ਮੈਂ ਵੀ ਉਦਾਂ ਹੀ ਉਹਨਾਂ ਨੇ ਇੱਕ ਸ਼ਿਫਟ ਦਿੱਤਾ ਤਾਂ ਜੀ ਜੀ ਓਕੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਉਹਨਾਂ ਨੇ ਮੈਨੂੰ ਲੌਜੀਕਲੀ ਬੜਾ ਬਹੁਤ ਲੌਜੀਕਲੀ ਮੈਨੂੰ ਇਸ ਚੀਜ਼ ਨਾਲ ਗਾਈਡ ਕੀਤਾ ਸੀ ਵੀਡੀਓ ਕਾਲ ਤੇ ਗੱਲਾਂ ਕਰਨੀ ਹੈ ਕਿਉਂਕਿ ਦੇਖੋ ਮੈਨੂੰ ਫਾਦਰ ਸਾਹਿਬ ਪ੍ਰੈਕਟੀਕਲੀ ਮੇਰੇ ਕੋਲ ਸੀਗੇ ਸ਼ਾਰਟਸ ਇਦਾਂ ਦੇਣੇ ਨੇ ਆਈ نو ਦੈਟ ਵੀ ਸ਼ਾਰਟ ਭਾਰਤ ਹੀ ਗਾਈਡ ਮੀ ਕਿ ਸ਼ਾਰਟਸ ਕਿਨੂੰ ਦੇਣੇ ਨੋ ਰੈਂਡਮ ਕ੍ਰੈਕਿੰਗ ਨੋ ਰੈਂਡਮ ਕ੍ਰੈਕਿੰਗ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਮੈਂ ਤੁਹਾਨੂੰ ਇੱਕ ਸਿੰਪਲ ਲੈਂਗੁਏਜ ਚ ਸਮਝਾਉਣਾ ਉਹ ਕਹਿੰਦੇ ਸੀ ਦੀ 10 ਜਣੇ ਲਾਈਨ 'ਚ ਖੜੇ ਨੇ ਮੈਂ ਤੁਹਾਨੂੰ ਕਿਹਾ ਤੂੰ ਇਹਨਾਂ ਨੂੰ ਲਾਈਨ 'ਚ ਲੈ ਕੇ ਆ ਮੈਨੂੰ ਇਹ ਸਵਾਲ ਉਹਨਾਂ ਨੇ 4-5 ਵਾਰੀ ਦੱਸਿਆ ਮੈਂ ਕਿਹਾ ਸਰ ਲਾਈਨ 'ਚ ਖੜੇ ਨੇ ਲਾਈਨ 'ਚ ਲੈ ਕੇ ਆ ਮੈਂ ਕਿਹਾ ਸਮਝ ਨਹੀਂ ਰਿਹਾ ਵੀ ਤੁਸੀਂ ਕਹਿਣਾ ਕਿ ਜੋ ਨਹੀਂ ਬਸ ਲਾਈਨ ਤੇ ਲਾਈਨ 'ਚ ਕਿੱਥੋਂ ਲੈ ਕੇ ਆ ਜਦੋਂ ਕੋਈ ਇਨਸਾਨ ਪਹਿਲੇ ਹੀ ਲਾਈਨ 'ਚ ਆ ਉਹਨੂੰ ਮੈਂ ਲਾਈਨ ਤੇ ਕਿੱਥੋਂ ਲੈ ਕੇ ਆਵਾ ਖੜਾ ਹੀ ਲਾਈਨ 'ਚ ਕਹਿੰਦਾ ਇਗੈਕਟਲੀ ਐਗਜ਼ੈਕਟਲੀ ਕਹਿੰਦਾ ਜਿਹੜਾ ਮਲਕਾ ਆਲਰੇਡੀ ਠੀਕ ਆ ਉਹਨੂੰ ਜਿੱਤੋਂ ਤੱਕਾ ਮਾਰੇਗਾ ਕਿੱਥੇ ਜਾਊਗਾ ਮੈਂ ਕਹਾ ਆਊਟ ਆਫ ਦਾ ਲਾਈਨ ਕਹਿੰਦਾ ਇਹ ਨਹੀਂ ਕਰਨਾ ਉਸ ਦਿਨ ਤੋਂ ਭਾਜੀ ਉਹ ਗੱਲ ਮੇਰੇ ਦਿਮਾਗ 'ਚ ਬੜੀ ਹਿੱਟ ਕਰ ਗਈ ਮੈਂ ਭਾਜੀ ਰੈਂਡਮ ਕਰੈਕਿੰਗ ਬੰਦ ਕਰ ਤੁਸੀਂ ਮੇਰੀ ਕੋਈ ਵੀਡੀਓ ਜਾ ਕੇ ਦੇਖ ਲਓ ਨੋ ਰੈਂਡਮ ਕਰੈਕ ਨੋ ਰੈਂਡਮ ਮੰਦਾ ਲੰਬਾ ਪਾਇਆ ਇੱਤਰ ਚੱਲ ਉਧਰ ਚੱਲ ਪੜਕ 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 ਨੱਥਿੰਗ ਲਾਈਕ ਦੈਟ ਮੇਰੇ ਕੋਲ ਕੋਈ ਸੀਨ ਨਹੀਂ ਹੁੰਦਾ ਮੇਰੇ ਕੋਲ ਬੰਦੇ ਆਉਂਦੇ ਨੇ ਠੀਕ ਹੈ ਮੈਂ ਸਿਰ ਦੇਖਦਾ ਮੈਂ ਮੀਟਰ ਰੀਡਿੰਗ ਲੈਣਾ ਅਗਰ ਮੀਟਰ ਰੀਡਿੰਗ ਤੇ ਵੀ ਕੋਈ ਇਨਸਟਰੂਮੈਂਟ ਠੀਕ ਮੈਨੂੰ ਨਹੀਂ ਅਗਰ 22 ਚਾਹ ਕਿਤੇ ਫੇਰ ਵੀ ਲੱਗਦਾ ਹੈ ਮੈਂ ਮੈਨੂਅਲੀ ਸਾਰਾ ਚੈੱਕ ਕਰਦਾ ਅਗਰ ਉਹ ਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ ਆਈ ਲੈਵ ਬਹੁਤ ਵਾਰ ਭਾਜੀ ਇਹ ਹੁੰਦਾ ਇੰਟਰਨਲ ਇਸ਼ੂਸ ਵੀ ਬੰਦੇ ਨੂੰ ਤੰਗ ਕਰ ਜ਼ਰੂਰੀ ਨਹੀਂ ਹੁੰਦਾ ਹਰ ਵਾਰ ਵੀ ਤੁਹਾਨੂੰ ਸਪਾਈਨ ਦੀ ਹੀ ਦਿੱਕਤ ਆਈ ਹੋਵੇ। ਬਹੁਤ ਇੰਪੋਰਟੈਂਟ ਮੈਸੇਜ ਹੈ। ਠੀਕ ਹੈ ਨਾ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਸਪਾਈਨ ਦੀ ਹੀ ਦਿੱਕਤ ਹੋਵੇ। ਹੋਰ ਕੋਈ ਇਸ਼ੂ ਵੀ ਹੋ ਸਕਦਾ। ਮੈਂ ਉਹਦੇ ਬਲੱਡ ਟੈਸਟ ਕਰਵਾਉਣਾ। ਅਗਰ ਉਹਦੇ ਵਿੱਚ ਕੋਈ ਇਸ਼ੂਸ ਮਿਲਦੇ ਨੇ। ਆਪਾਂ ਫਿਰ ਕਲੀਅਰ ਕਰ ਦਿੰਨੇ ਆ ਭਾਈ ਇਹਦਾ ਜਾ ਕੇ ਟ੍ਰੀਟਮੈਂਟ ਲੋ। ਇੱਕ ਨੋਰ ਬੰਦਾ ਆ ਮੈਂ ਉਹਨਾਂ ਦਾ ਨਾਮ ਹੀ ਨਵਾਂ ਹੈ। ਉਹਨਾਂ ਨੂੰ ਕੋਈ ਇਸ਼ੂ ਸੀਗਾ ਉਹ ਤੁਹਾਡੇ ਤੋਂ ਆਏ। ਤੁਹਾਨੂੰ ਤੁਸੀਂ ਸਾਰੀ ਰਿਪੋਰਟਸ ਦੇਖੀਆਂ। ਇਹਨਾਂ ਤੁਸੀਂ ਉਹਨਾਂ ਨੂੰ ਜਵਾਬ ਦਿੰਦਾ ਕਿ ਸਾਡੇ ਕੋਲ ਥੋੜਾ ਹੱਲ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਪਲੀ ਮਰਿੰਗ ਬੈਕ ਕੀਤੀ ਸੀ। ਅਦਰ ਨਹੀਂ ਮੈਨੂੰ ਸੀਰੀਅਸਲੀ ਨਹੀਂ ਪਤਾ ਵੈਸੇ ਅਸੀਂ ਕਰ ਦਿੰਦੇ ਆ ਮੈਨੂੰ ਬੈਠ ਕੇ ਮੈਨੂੰ ਪੈਸੇ ਵਾਪਸ ਕੀਤੇ ਤੇ ਮੈਂ ਸਪੈਸ਼ਲੀ ਪੁੱਛਿਆ ਇਹਨਾਂ ਨੂੰ ਥੋੜੀ 올ਡ ਏਜ ਸੀ ਇਹ ਹੁਣ ਮੈਂ ਕੀ ਦੇਖਦਾ ਹਾਂ ਜਦੋਂ ਮੈਂ ਕਾਰ ਉਹ ਟਰੈਕਟਰ ਦੀ ਪ੍ਰੈਕਟਿਸਿਸ ਦੇਖਦਾ ਹਾਂ ਖਾਸ ਕਰਕੇ ਜਿਹੜੇ ਟਿਕਟੋਕ ਦੇ ਵਿੱਚ ਬਾਹਰ ਚੱਲਦੇ ਆ ਬਹੁਤ ਹੀ 올ਡ ਏਜ ਦੇ ਵਿੱਚ ਕੁਝ ਸਾਡੇ ਨਾ ਲੋਕ ਹੁੰਦੇ ਨੇ ਉਹਨਾਂ ਦੀ ਉਹ ਐਡਜਸਟਮੈਂਟ ਕਰ ਰਹੇ ਹੁੰਦੇ ਨੇ ਬੇਬੀਜ਼ ਦੀ ਐਡਜਸਟਮੈਂਟਸ ਕਰ ਰਹੇ ਹੁੰਦੇ ਨੇ ਤੇ ਮੈਂ ਦੇਖਿਆ ਆ ਐਨੀਮਲਸ ਦੀ ਅਡਜਸਟਮੈਂਟਸ ਵੀ ਹੋ ਰਹੀ ਹੁੰਦੀਆਂ ਨੇ ਇਵਨ ਡੌਗ ਐਂਡ ਉਹ ਹੈ ਨਾ ਇੱਥੇ ਮੇਰੀ ਦੋ ਚੀਜ਼ ਸਵਾਲ ਆਉਂਦੇ ਆ ਕਿ ਬੇਬੀ ਨੂੰ ਤਾਂ ਪਹਿਲੀ ਗੱਲ ਦੇ ਹੁਣ ਤੁਸੀਂ ਤਾਂ ਰਿਐਕਸ਼ਨ ਦਿੱਤਾ ਆਪਣਾ ਕਿ ਹਾਂ ਵੀ ਆ ਚੀਜ਼ ਮੈਨੂੰ ਫਰਕ ਪੈ ਰਿਹਾ ਹੈ ਕਿ ਇਹ ਲੋਡ ਹੈਗੀ ਹੈ ਕਿਉਂਕਿ ਉਹ ਤੇ ਮੈਨੂੰ ਜਿੰਨੀ ਕਿ ਮੇਰੀ ਸਮਝ ਆ ਕਿ ਬਹੁਤ ਹੀ ਜ਼ਿਆਦਾ ਨਿਊ ਬੌਰਨ ਬੇਬੀ ਹੈ ਬਹੁਤ ਸੌਫਟ ਹੋਣ ਦੀ ਸਾਰੀ ਜਿਹਾਣੀ ਉਹ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਜਦੋਂ ਬੇਬੀ ਪੈਦਾ ਹੋਇਆ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸ ਸਕਦਾ ਸਕੋਲੋਸਿਸ ਦੀ ਕਿ ਪ੍ਰੋਬਲਮ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਸਾਡੀ ਹੀਲਡ ਦੇ ਵਿੱਚ ਇਹ ਕਿ ਸਪਾਇਨ ਦੇ ਵਿੱਚ ਐਸ ਸ਼ਿਫਟ ਕਰਮ ਬਣ ਜਾਂਦੀ ਆ ਕਲੋਸਿਸੀ ਉਹਨੂੰ ਬੋਲਦੇ ਆ ਉਹ ਪ੍ਰੋਬਲਮ ਹੁੰਦੀ ਆ ਬੱਚੇ ਨੂੰ ਬਹੁਤ ਕੇਸ ਐ ਜene ਫਾਈਬਰ ਠੀਕ ਐ ਉਹ ਪ੍ਰੋਬਲਮ ਜਿਹੜੀ ਹੋ ਜਾਂਦੀ ਆ ਡਿਊ ਟੂ ਸਮ ਡੈਫੀਸ਼ੈਂਸੀ ਜਦੋਂ ਬੱਚਾ ਮਦਰ ਦੇ ਪੇਟ ਦੇ ਵਿੱਚ ਹੁੰਦਾ ਉਸ ਟਾਈਮ ਤੇ ਉਹ ਡੈਫੀਸ਼ੈਂਸੀ ਆ ਜਾਂਦੀ ਆ ਪਰ ਬਹੁਤ ਐ ਜੇ ਡਾਕਟਰਸ ਹੈਗੇ ਨੇ ਠੀਕ ਐ ਚਾਹੇ ਦੇਸੀ ਟਰੀਟਮੈਂਟ ਕਰਨ ਵਾਲੇ ਨੇ ਉਹ ਪੇਸ਼ੈਂਟ ਦੇ ਮਾਈਂਡ ਦੇ ਵਿੱਚ ਇੱਕ ਫੀਅਰ ਕ੍ਰੀਏਟ ਕਰ ਦਿੰਦੇ ਨੇ ਭਾਈ ਤੂੰ ਤਾਂ ਵਿੰਗਾ ਹੋਇਆ ਵੇ ਤੈਨੂੰ ਦਿੱਕਤ ਇਹਦੇ ਕਰਕੇ ਆ ਤੂੰ ਵਿੰਗਾ ਹਾਲਾਂਕਿ ਉਹ ਬੈਂਡ ਉਹਦੀ ਦਿੱਕਤ ਦਾ ਕਾਰਕ ਨਹੀਂ ਹੁੰਦਾ ਮੈਨੀ ਟਾਈਮਸ ਬੈਂਡ ਇਨ ਅ ਸਪਾਈਨ ਇਜ਼ ਅ ਹੈਲਥੀ ਸਪਾਈ ਐਂਡ ਮੈਨੀ ਟਾਈਮਸ ਅ ਸਟ੍ਰੇਟ ਸਪਾਈਨ ਇਜ਼ ਪ੍ਰੋਬਲਮੈਟਿਕ ਸਪਾਈਨ ਠੀਕ ਆ ਨਾ ਤੋਂ ਇਸ ਸਟ੍ਰੇਟ ਸਪਾਈਨ ਵੀ ਦਿੱਕਤ ਦੇ ਸਕਦੀ ਹੈ ਸੋ ਦਿੱਕਤ ਤਾਂ ਅਲੱਗ ਕੇਸ ਹੈ ਐਸ ਬਣ ਜਾਣਾ ਇਜ਼ ਨਾਟ ਨਾਟ ਅ ਨ ਦਿੱਕਤ ਉਹ ਪ੍ਰੋਬਲਮ ਨਹੀਂ ਐਕਚੁਅਲੀ ਉਹ ਪ੍ਰੋਬਲਮ ਨਹੀਂ ਹੈ ਉਹ ਯੋ ਕੁਦਰਤ ਨੇ ਤੁਹਾਨੂੰ ਦੇਤਾ ਯੂ ਕੈਨਟ ਚੇਂਜ ਓਨੈਸਟਲੀ ਬਈ ਜੋ ਪ੍ਰਮਾਤਮਾ ਨੇ ਤੁਹਾਨੂੰ ਦੇਤਾ ਨਾ ਤੁਸੀਂ ਉਹਨੂੰ ਨਹੀਂ ਬਦਲ ਸਕਦੇ ਠੀਕ ਹੈ ਨਾ ਕਿਉਂਕਿ ਰਿਬਸ ਅਟੈਚ ਹੁੰਦੀਆਂ ਨੇ ਕੌਣ ਕਿੱਦਾਂ ਲਾ ਲੂਗਾ ਦੇਖੋ ਜੇ ਕੋਈ ਮੈਨੂੰ ਨਹੀਂ ਲੱਗਦਾ ਇਹ ਚ ਕੋਈ ਕਮਿਟਮੈਂਟ ਕਰਦਾ ਕੋਈ ਕਰਦਾ ਤਾਂ ਆਈ ਡੋਨਟ ਨੋ ਕਿੱਦਾਂ ਕਰਦਾ ਪਰ ਮੈਂ ਨਹੀਂ ਦੇਖੇ ਆ ਸਰਜਰੀਆਂ ਹੁੰਦੀਆਂ ਨੇ ਉਹ ਬੰਦੇ ਦਾ ਆਪ ਦਾ ਰਿਸਕ ਆ ਜਿੱਦਾਂ ਵੀ ਉਹ ਆਉਂਦਾ ਹੈ ਦੈਟਸ ਡਾਕਟਰ ਦੇ ਉੱਤੇ ਡਿਪੈਂਡ ਕਰਦਾ ਕਿੱਦਾਂ ਕਰਦਾ ਠੀਕ ਹੈ ਗੱਲ ਇਹ ਆ ਕਿ ਰਹੀ ਗੱਲ ਬੇਬੀਜ਼ ਦੀ ਵੀ ਯੂ ਐਕਸਪ੍ਰੈਸ ਕਿੱਦਾਂ ਕਰਦੇ ਨੇ ਅਸੀਂ ਨਾਰਮਲੀ ਯੂਜ਼ ਕਰਦੇ ਹਾਂ ਠੀਕ ਹੈ ਨਾ ਉਹਦੇ ਮੇਰੇ ਦੇਖੋ ਬਹੁਤ ਜਣੇ ਨੇ ਲੈ ਲੈਨੇ ਇੱਥੇ ਆਈ ਵਾਸ ਫਰਸਟ ਦੀਨੇ ਲੈ ਆਂਦਾ ਮੈਂ ਅਮਰੀਕਾ ਤੋਂ ਮੰਗਾਏ ਸੀਗੇ ਕਿਉਂਕਿ ਮੈਨੂੰ ਬੁੱਕ ਮਿਲੀ ਸੀ ਮੈਂ ਤੁਹਾਨੂੰ ਦੱਸਿਆ ਸੀ ਮੇਰਾ ਟੀਚਰ ਜਿਹੜਾ ਸੀਗਾ ਹੀ ਵਾਸ ਇਨ ਟੂ ਦਿਸ profession ਤੇ ਉਹ ਗੌਸਟੈਟ ਕਾਰੋ ਫੈਕਟਰਸ ਲੈ ਗੌਸਟੈਟ ਗੌਸਟੈਟ ਇੱਕ ਸਿਸਟਮ ਹੈ ਠੀਕ ਹੈ ਤੇ ਜਿਹੜਾ ਆਮ ਯੂਜ਼ ਹੁੰਦਾ ਡਾਇਵਰਸਟੀਫਾਈਡ ਡਾਇਵਰਸਿਫਾਈਡ ਮੈਥਡ ਹੈ ਤੇ ਅਸੀਂ ਯੂਜ਼ ਕਰਦੇ ਗੌਸਟੈਟ ਗੌਸਟੈਟ ਇਹਦੇ ਇੰਨੇ ਹੀ ਯਾਦ ਕੀਤਾ ਨਿਊਰੋਸਕੋਪ ਨਰਵਸ ਕੋਪ ਹਾਂ ਕਹਿ ਲੋ ਕਹਿ ਲੋ ਕਹਿ ਲੋ ਹਾਂ ਨਰਵਸ ਕੋਪ ਹਾਂ ਹਾਂ ਜੀ ਹਾਂ ਜੀ ਹੀ ਗਾਈਡਡ ਮੀ ਕਿ ਤੂੰ ਯੂਜ਼ ਕਰ ਤੇ ਅਸੀਂ ਦੇਖੋ ਕੋਈ ਵੀ ਆ ਚਾਹੇ ਤੁਸੀਂ ਵੀ ਹੋ ਤੁਸੀਂ ਆ ਕੇ ਮੈਨੂੰ ਕਹੋ ਕਿ ਮੈਨੂੰ ਆ ਦਿੱਕਤ ਆ ਮੈਂ ਤੁਹਾਡੀ ਸੁਣਨੀ ਆ ਰੀਂਗ ਮਾਈ ਪ੍ਰੋਫੈਸ਼ਨ ਮੈਂ ਤੁਹਾਡੀ ਗੱਲ ਸੁਣਨੀ ਆ ਬਟ ਆਈ ਨੀਡ ਟੂ ਫਾਈਂਡ ਮੇਰੇ ਨਾਲ ਬਹੁਤ ਵਾਰ ਇਦਾਂ ਦੇ ਕੇਸ ਹੁੰਦੇ ਨੇ ਬੰਦਾ ਨੀ ਪੇਨਸ ਲਈ ਆਇਆ ਗੋਡੇ ਦਾ ਦਰਦ ਸੀ ਉਹਨੂੰ 10 ਸਾਲ 5 ਸਾਲ ਜੋ ਵੀ ਆ ਹਨਾ ਗੋਡੇ ਦਾ ਪੇਨ ਸੀ ਮੈਨੀ ਟਾਈਮਸ ਭਾਜੀ ਆਏ ਜਸਟ ਅਡਜਸਟ ਦਾ ਨੈਕ ਜਿਹਦੀ ਗੋਡੇ ਦੀ ਪੇਨ ਚਲੀ ਗਈ ਉਹਨੂੰ ਯਕੀਨ ਹੀ ਨਹੀਂ ਹੁੰਦਾ ਕਿ ਮੇਰੀ ਪੇਨ ਚਲੀ ਗਈ ਉਹ ਉਠਕ ਬੈਠ ਕੇ ਲਾ ਲੂ ਕਿ ਦੇਖ ਲੈਂਦਾ ਇਹ ਬੜਾ ਕੁਸ਼ ਕਰਕੇ ਵੇਖਦਾ ਕਿਉਂਕਿ ਇੱਕ ਮਾਈਂਡ ਸੈਟ ਹੈ ਜਾਂਦਾ ਅਗਲਾ ਜਾਂਦਾ ਯਾਰ ਮੈਂ 5-10 ਸਾਲ ਤੋਂ ਤੰਗ ਸੀਗਾ ਇੱਥੋਂ ਕਿੱਥੋਂ ਠੀਕ ਹੋ ਗਿਆ ਮੈਂ ਇੱਥੋਂ ਕਿੱਦਾਂ ਠੀਕ ਹੋ ਗਿਆ ਮੈਂ ਦੇਖੋ ਸਾਡੀ ਬੁੱਕ 'ਚ ਨਾ ਪਹਿਲਾ ਰੂਲ ਹੈ ਐਨੀਥਿੰਗ ਕੈਨ ਕਾਜ਼ ਐਨੀਥਿੰਗ ਜਦੋਂ ਮੈਂ ਬੁੱਕ ਪੜ੍ਹਨੀ ਸਟਾਰਟ ਕੀਤੀ ਨਾ ਤਾਂ ਮੈਨੂੰ ਪਹਿਲੀ ਗੱਲ ਹੀ ਮੈਨੂੰ ਇਹ ਸਮਝਾਈ ਗਈ ਕਿ ਐਨੀਥਿੰਗ ਕੈਨ ਕਾਜ਼ ਐਨੀਥਿੰਗ ਮੈਨੀ ਟਾਈਮਸ neck can cause back pain ਮੈਨੀ ਟਾਈਮਸ neck can cause knee pain pelvis ਮੈਂ ਚੋੜਿਆਂ ਦੀ ਅਡਜਸਟਮੈਂਟ ਨਾਲ ਲੋਕਾਂ ਦੇ ਹੈਟੈਗ ਠੀਕ ਕੀਤੇ ਯਾਦ ਨਾਲ ਬੜਾ ਐਗਰੀ ਕਰਦਾ ਹਾਂ ਪਰਸਨਲੀ ਮੈਂ ਨਾ ਇੱਕ athlenex ਕਰਕੇ ਫਿਜ਼ੀਓਥੈਰਾਪਿਸਟ ਦਾ ਉਹਨੂੰ ਬਹੁਤ ਫੋਲੋ ਕਰਦਾ ਹਾਂ YouTube ਦੇ ਉੱਤੇ ਐਂਡ ਉਹਦੀ ਇੱਕ ਵੀਡੀਓ ਸੀਗੀ fix your back problem ਉਹਨੇ ਲਿਖਿਆ ਸੀਗਾ ਪਹਿਲੇ ਨੰਬਰ ਤੇ ਕਹਿੰਦਾ ਹੋ ਸਕਦਾ ਤੁਹਾਡੀ ਬੈਕ ਪ੍ਰੋਬਲਮ ਤੁਹਾਡੀ ਡਾਕਟਰ ਨੂੰ ਗਈ ਨਾ ਸੋ ਉਹਨੇ ਗਲੂਟਸ ਮੈਕਸਿਮਸ ਲਈ ਕੁਝ ਐਕਸਰਸਾਈਜ਼ ਦਸੀਆਂ ਮੈਂ ਉਹਨੂੰ ਥੋੜੇ ਦਿਨ ਕੀਤਾ ਮੈਂ ਯਾਰ ਇਹ ਕਿਦਾਂ ਲੇਕਿਨ ਮੇਰੇ ਪੇਨ ਤੇ ਪੇਨ ਕਿਤੇ ਹੋ ਰਹੀ ਸੀ ਕਿ ਬਟ ਪ੍ਰੋਬਲਮ ਕਿਤੇ ਸੀ ਮੈਂ ਇਹ ਚੀਜ਼ ਮੈਂ ਪਰਸਨਲੀ ਐਗਰੀ ਕਰਦਾ ਮੈਂ ਦੇਖੀ ਹੋਈ ਨਹੀਂ ਉਹ ਕਨੈਕਟਡ ਆ ਰਿਸਰਚ ਹੋਈ ਯਾਰ ਰਿਸਰਚ ਕੇ ਸੇ ਲੋਜਿਕ ਦੇ ਬਿਆਪ ਤੇ ਹੁੰਦੀ ਆ ਨਾ ਤੇ ਉੱਤੇ ਮੈਂ ਪ੍ਰੈਕਟੀਕਲੀ ਇਹ ਚੀਜ਼ਾਂ ਨੂੰ ਜਦੋਂ ਆਪਾਂ ਆਪ ਕਿਸੇ ਚੀਜ਼ ਨੂੰ ਵਿਚਰਦੇ ਆ ਨਾ ਤੇ ਆਪਾਂ ਨੂੰ ਉਦੋਂ ਸਿਸਟਮ ਦੀ ਜ਼ਿਆਦਾ ਸਮਝ ਆਉਂਦੀ ਹੈ ਇਹ ਨਹੀਂ ਵਾਕਈ ਇਦਾਂ ਠੀਕ ਹੁੰਦੇ ਨੇ ਠੀਕ ਹੈ ਹੁਣ ਜੇਕਰ ਆਪਾਂ ਆਮ ਕਿਸੇ ਬੰਦੇ ਨੂੰ ਕਹਾਂਗੇ ਯਾਰ ਮੈਂ ਤੇਰੇ ਚੂਲੇ 'ਚ ਅਗਲਾ ਮੈਨੂੰ ਗਏ ਮੇਰਾ ਸਿਰ ਦੁਖਦਾ ਜੀ ਤੇ ਮੈਂ ਕਹਾਂ ਮੈਂ ਤੇਰੇ ਚੂਲੇ ਹਿਲਾਉਣੇ ਨੇ ਨਾ ਉਹ ਨੂੰ ਅਜੀਬ ਜਿਹਾ ਲੱਗਦਾ ਆਲਾ ਦੁਖਦੇ ਹੀ ਨਹੀਂ ਬਟ ਜਦੋਂ ਉਹ ਸੀ